को गुड़िया ही है सवा को तो चालन कल्ला बेटा है जी। आर्मी रेजिमेंट में होया सी गड्डी पलटन के नाल उन्हां दी डैथ हो गई है। उन्होंने कुछ कर अफसोस किया जा रहा है। किदन हादसा है? हादसा तो हो गया जी 20 तरीक नूं होया। कदों फोन आया तुहानूं? सानूं फोन 8:30 बजे आया सी। फिर आपां इत्थों गए, मैं दिल्ली गए। ਕਿੰਨੀ ਕੁ ਉਮਰ ਹੈ ਬੇਟੇ ਦੀ? 29 ਸਾਲ ਦੀ ਉਮਰ ਹੈ ਜੀ। ਬੱਚੇ ਕਿੰਨੇ ਉਮਰ? ਇੱਕੋ ਗੁੜੀਆ ਜੀ ਹੈ ਸਵਾ ਕੁ ਦੋਵਾਂ ਸਾਲਾਂ ਦੀ। ਕੀ ਮੰਗ ਚਾਹੁੰਦੇ ਸਰਕਾਰ ਕੋਲ ਕੁਝ? ਮੰਗ ਕਹਿੰਦਾ ਬੱਚਿਆਂ ਦਾ ਭਵਿੱਖ, ਜਿਹੜਾ ਬੱਚੀ ਸਾਡੀ ਉਹਦਾ ਭਵਿੱਖ ਕੁਛ ਸੁਧਾਰਿਆ ਜਾਵੇ। ਇੱਕ ਛੋਟੀ ਭੈਣ ਅਜੇ ਵਿਆਹੁਣ ਵਾਲੀ। ਇਕੱਲਾ ਇਕੱਲਾ ਬੇਟਾ ਹੈ ਤੁਹਾਡਾ? ਇਕੱਲਾ ਬੇਟਾ ਹੈ ਜੀ। ਅਤੇ ਕੋਈ ਲੋਕਲ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਇੱਥੇ ਤੁਹਾਡੇ ਕੋਲ? ਅੱਜ ਨਹੀਂ, ਕੋਈ ਨਹੀਂ ਪਹੁੰਚਿਆ ਇੱਥੇ। ਮੈਨੂੰ ਸ਼ੁਰੂ ਤੋਂ ਹੀ ਜਦੋਂ ਤੋਂ ਭਰਤੀ ਹੋਇਆ ਵਾ, ਉਹਨਾਂ ਨੇ ਇੱਕ ਅਲੱਗ ਟੀਮ ਹੁੰਦੀ ਆ ਜਿਹੜੀ ਮਤਲਬ ਹਰ ਪਾਸੇ ਵੱਲੋਂ ਮਤਲਬ ਸਟਰੋਂਗ ਟੀਮ ਹੁੰਦੀ। ਉਸ ਟੀਮ ਦੇ ਵਿੱਚ ਲਿਆ ਸੀਗਾ, ਹਰ ਸਾਲ ਅਵਲ ਦਰਜਾ ਪ੍ਰਾਪਤ ਕਰਦਾ ਸੀਗਾ। ਕਿਸਮਤ ਮਾੜੀ ਸੀ, ਜਿਪਸੀ ਪਲਟਣ ਕਰਕੇ ਸ਼ਹੀਦ ਹੋ ਗਿਆ। ਟ੍ਰੇਨਿੰਗ ਦਾ ਹੀ ਇੱਕ ਹਿੱਸਾ ਸੀਗਾ, ਮੂਵਿੰਗ ਦੇ ਵਿੱਚ ਇਹ ਲੜਕਾ ਸ਼ਹੀਦ ਹੋ ਗਿਆ। ਗੱਡੀ ਪਲਟ ਗਈ, ਜੋ ਜਿਪਸੀ ਸੀ ਉਹ ਜਿਪਸੀ ਉਹ ਪਲਟ ਗਈ। ਪਲਟਣ ਦੇ ਕਰਕੇ ਸਿਰ ਦੇ ਵਿੱਚ ਗਹਿਰੀ ਚੋਟ ਆਉਣ ਕਰਕੇ। ਇਹ ਕਦੋਂ ਤੋਂ ਭਰਤੀ ਸੀ ਬੇਟਾ? ਇਹ 2011 ਵਿੱਚ ਭਰਤੀ ਹੋਇਆ ਸੀ ਜੀ। ਅੱਜ 9 ਸਾਲ ਕੁਝ ਕੁ ਮਹੀਨੇ ਦੀ ਸਰਵਿਸ ਸੀ ਜੀ। ਅੱਛਾ ਜੀ, ਹਾਂਜੀ। ਅਤੇ ਮੈਰਿਡ ਹੈ? ਮੈਰਿਡ ਆ, ਇੱਕ ਬੱਚੀ ਹੈ ਛੋਟੀ ਜੀ। ਹਾਂਜੀ, ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਹਾਂ, ਪੰਜਾਬ ਸਰਕਾਰ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਘਰ ਪਰਿਵਾਰ ਨੂੰ ਦੇਖਦੇ ਹੋਏ, ਇੱਕ ਛੋਟੀ ਸਿਸਟਰ ਵੀ ਹੈ ਸ਼ਾਦੀ ਕਰਨ ਵਾਲੀ ਆ, ਕਿ ਕੁਝ ਨਾ ਕੁਝ ਇਹਨਾਂ ਬਾਰੇ ਸੋਚਿਆ ਜਾਵੇ, ਛੋਟੀ ਬੱਚੀ ਬਾਰੇ ਵੀ ਸੋਚਿਆ ਜਾਵੇ, ਘਰ ਪਰਿਵਾਰ ਬਾਰੇ ਕੁਝ ਸੋਚਿਆ ਜਾਵੇ, ਤਾਂ ਜੋ ਇਹ ਜਿਹੜਾ ਘਾਟਾ ਹੋਏ ਪੂਰਾ ਤਾਂ ਨਹੀਂ ਹੋ ਸਕਦਾ, ਪਰ ਜੋ ਥੋੜ੍ਹਾ ਬਹੁਤਾ ਸਹਿਯੋਗ ਹੋ ਜਾਵੇ ਘਰ ਪਰਿਵਾਰ ਦਾ, ਥੋੜ੍ਹਾ ਜਿਹਾ ਸਹਿਯੋਗ ਹੋ ਸਕਦਾ। ਲੋਕਲ ਪ੍ਰਸ਼ਾਸਨ ਇੱਥੇ ਕੋਈ ਨਹੀਂ ਆਇਆ, ਜਦਕਿ ਲੋਕਲ ਪ੍ਰਸ਼ਾਸਨ ਨੂੰ ਆਉਣਾ ਚਾਹੀਦਾ ਸੀ। ਸ਼ਹੀਦੀ ਹਰ ਇੱਕ ਨੂੰ ਨਸੀਬ ਨਹੀਂ ਹੁੰਦੀ, ਸ਼ਹੀਦੀ ਹੋਣੀ ਇੱਕ ਬਹੁਤ ਵੱਡੀ ਬੁਲੰਦੀ। ਸਿਕੰਦਰ ਸਿੰਘ ਜੀ ਬਤੌਰ ਸਿਪਾਹੀ ਦੇਸ਼ ਦੀ ਸੇਵਾ ਕਰਦੇ ਹਾਂ, ਰਾਜਸਥਾਨ 'ਚ ਇੱਕ ਐਕਸੀਡੈਂਟ 'ਚ ਵੀਰਗਤੀ ਨੂੰ ਪ੍ਰਾਪਤ ਹੋ ਗਏ। ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਗੁਰਕਪਾਲ ਸਿੰਘ ਮਾਲ, ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਆਪਣੀ ਸਮੂਹ ਜ਼ਿਲ੍ਹਾ ਜਥੇਬੰਦੀ ਵੱਲੋਂ ਪਾਰਟੀ ਵੱਲੋਂ ਸਿਕੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ। ਈਸ਼ਵਰੀ ਡੂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਾਜ ਬਖਸ਼ੀ। ਅੱਜ ਤੱਕ ਅਨੇਕਾਂ ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਮਨੀਸ਼ ਆਚਾਰੀਆ, ਸੰਪਰਕ ਕਰੋ 9969000755, ਪਤਾ ਫਗਵਾੜਾ ਪੰਜਾਬ। ਤਕਦੀਰ ਕਦੋਂ ਬਦਲੇਗੀ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਖੋਇਆ ਪਿਆਰ ਵਾਪਸ ਪਾਉਣਾ, ਲਵ ਮੈਰਿਜ, ਸੌਦਨ ਦੁਸ਼ਮਣ ਤੋਂ ਛੁਟਕਾਰਾ, ਜ਼ਮੀਨੀ ਝਗੜਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਿਦੇਸ਼ 'ਚ ਪੱਕਾ ਹੋਣਾ, ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾ ਪਿਆਰ ਪਾਓ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9969000755